ਦੇਖੋ ਜੀ, ਪਹਿਲਾਂ ਤਾਂ ਆਪਾਂ ਨਾ ਅੱਜ ਦੇ ਸਮੇਂ ਨੂੰ ਜਿਵੇਂ ਦੇਖਦੇ ਹਾਂ ਵੀ ਕਾਫੀ ਆਪਣੇ ਬੱਚੇ ਨਾ ਗਰਾਊਂਡ ਨਾਲ ਟੁੱਟ ਗਏ ਨੇ, ਹੈ ਨਾ। ਆਪਾਂ ਦੇਖਦੇ ਹਾਂ ਵੀ ਫੋਨ 'ਤੇ ਹੀ ਚੁੰਬੜੇ ਰਹਿੰਦੇ ਆ, ਲੱਗੇ ਰਹਿੰਦੇ ਆ, ਅਤੇ ਉਹਨਾਂ ਨੂੰ ਆਪਾਂ ਕੁਛ ਨਾ ਕੁਛ ਮੋਟੀਵੇਸ਼ਨ ਕਰਨ ਲਈ ਗਰਾਊਂਡਾਂ ਦੀ ਜ਼ਰੂਰਤ ਆ ਸਾਨੂੰ। ਅਤੇ ਸਾਡੇ ਕੋਲ ਵਧੀਆ ਹੁਣ ਗਰਾਊਂਡ ਵੀ ਬਣ ਗਏ, ਪਹਿਲਾਂ ਜਿਵੇਂ ਕਹਿ ਲਈਏ ਪਹਿਲਾਂ ਸਮੇਂ 'ਚ ਇੰਨੇ ਵਧੀਆ ਗਰਾਊਂਡ ਵੀ ਨਹੀਂ ਹੁੰਦੇ, ਪਰ ਸਾਡੇ ਕੋਲ ਪਲੇਅਰ ਬਹੁਤ ਵਧੀਆ ਹੁੰਦੇ ਸੀ, ਹੈ ਨਾ। ਅਤੇ ਉਹੀ ਨੇ ਜਿਵੇਂ ਹੁਣ ਅਸੀਂ ਇੱਕ ਤਾਂ ਫੋਨਾਂ 'ਚ ਹੋ ਗਏ, ਇੱਕ ਅਸੀਂ ਲਾ ਲਏ ਬੱਚੇ ਆਪਦੇ ਲੇਜ਼ ਕੁਰਕਰਿਆਂ 'ਚ। ਅਸੀਂ ਕਹਿੰਦੇ ਉਹਨਾਂ ਨੂੰ ਵਧੀਆ ਡਾਇਟ ਵੀ ਦੱਸੀ ਜਾਵੇ ਅਤੇ ਵਧੀਆ ਗਰਾਊਂਡਾਂ ਦੇ ਵਿੱਚ ਉਹਦੀ ਸਿਹਤ ਵੀ ਵਧੀਆ ਹੋਵੇ। ਜਿਵੇਂ ਆਪਾਂ ਦੇਖਦੇ ਹੀ ਹਾਂ ਵੀ ਸਾਡੇ ਹੁਣ ਬੱਚਿਆਂ ਦੀ ਇਮਿਊਨਿਟੀ ਬਹੁਤ ਵੀਕ ਹੋ ਗਈ, ਉਹ ਇਹਨਾਂ ਕਾਰਨਾਂ ਕਰਕੇ ਹੀ ਹੋਈ ਹੈ ਵੀ ਅਸੀਂ ਉਹਨਾਂ ਨੂੰ ਮਿੱਟੀ 'ਚ ਤਾਂ ਵੜਨ ਹੀ ਨਹੀਂ ਦਿੰਦੇ। ਹਰਦੇਵ ਮੋਹੀ, ਹੈ ਨਾ, ਜੋ ਤੁਸੀਂ ਦੇਖ ਰਹੇ ਹੋ ਪਿੱਛੇ, ਵਧੀਆ ਮਿਹਨਤ ਵੀ ਕਰਾਉਂਦੇ ਨੇ, ਕਈ ਦਿਨਾਂ ਤੋਂ ਇਹ ਪ੍ਰੋਸੈਸ ਸਾਡਾ ਚੱਲ ਵੀ ਰਿਹਾ ਵਾ। ਹਾਂਜੀ, ਝੱਲਦਾ ਹੈ ਨਹੀਂ ਸਰੀਰ, ਉਦੋਂ ਬਾਅਦ 'ਚੋਂ ਜਿਵੇਂ ਅਟੈਕ ਲਾ ਲਓ ਕੁਛ, ਹੋਰ ਨਾ ਬ੍ਰੇਨ ਅਟੈਕ ਲਾ ਲਓ ਕੁਛ, ਉਹਨਾਂ ਦੇ ਕਾਰਨ ਉਹਨਾਂ ਦੀਆਂ ਮੌਤਾਂ ਹੋ ਰਹੀਆਂ। ਅਸੀਂ ਉਹਨਾਂ ਨੂੰ ਦੇਖਦੇ ਹੋਏ ਨਾ ਵੀ ਯਾਰ ਬੱਚਿਆਂ ਨੂੰ ਗਰਾਊਂਡ ਨਾਲ ਜੋੜੀਏ, ਇੱਕ ਨਸ਼ਾ ਜਿਵੇਂ ਕਹਿੰਦੇ ਨਾ ਨਸ਼ਾ, ਉਦੋਂ ਬਾਅਦ 'ਚ ਹੋਰ ਇਸ ਤਰ੍ਹਾਂ ਸਾਰਿਆਂ ਨੂੰ ਕਹਿੰਦੇ ਵੀ ਮੁੰਡਾ ਸਾਡਾ ਵੀਰ ਹਰਦੇਵ ਸਿੰਘ ਜਿਮ ਟ੍ਰੇਨਰ ਆ, ਇਹਦੀ ਇੱਕ ਗੱਲ ਮੈਨੂੰ ਹੋਰ ਵੀ ਬਹੁਤ ਵਧੀਆ ਲੱਗੀ, ਉਹ ਕਹਿੰਦੇ ਵੀ ਜਿਵੇਂ ਆਪਣੇ ਨਾਲ ਦਿਆਂ ਨੂੰ ਮੋਟੀਵੇਟ ਕਰਾਂ, ਜਿੰਨੇ ਮੇਰਾ ਫਰੈਂਡ ਸਰਕਲ ਹੈ ਜਾਂ ਕੋਈ ਨਵਾਂ ਵੀ ਲਾਈਫ ਦੇ ਵਿੱਚ ਦੋਸਤ ਆਉਂਦਾ ਹੈ, ਜਿਮ ਦੇ ਵਿੱਚ ਲੋਕ ਮਿਲਦੇ ਆ, ਸਭ ਨੂੰ ਮੋਟੀਵੇਟ ਕਰੀਦਾ ਵੀ ਆਪਣੀ ਫਿਟਨੈਸ ਵੱਲੀ ਧਿਆਨ ਦੇਣ। ਉੱਦਾਂ ਤੱਕ ਦੀ ਜ਼ਰੂਰਤ ਹੈ ਜੇ ਤੁਹਾਨੂੰ ਜੈਨੂਅਨ ਸਪਲੀਮੈਂਟ ਮਿਲਦਾ ਹੈ, ਨਹੀਂ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬੜੇ ਫੇਕ ਸਪਲੀਮੈਂਟ ਨੇ ਅਤੇ ਉਹਨਾਂ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦੇ ਨੇ, ਹੈ ਨਾ। ਤਾਂ ਜਿਹੜੇ ਲੋਕ ਉਸ ਚੀਜ਼ 'ਚ ਨਹੀਂ ਜਾਣਾ ਚਾਹੁੰਦੇ ਉਹ ਘਰ ਦੀ ਨੈਚੁਰਲ ਡਾਇਟ ਦੇ ਨਾਲ ਹੀ ਇੱਕ ਅੱਛੀ ਫਿਜੀਕ ਤਿਆਰ ਕਰ ਸਕਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਅਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ। ਪਹੁੰਚੇ ਹੋਏ ਹਾਂ ਪਿੰਡ ਮੋਹੀ ਦੇ ਵਿੱਚ, ਜਿੱਥੇ ਜੋ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖਦੇ ਪਏ ਹੋ ਜਾਂ ਤੁਹਾਨੂੰ ਪਹਿਲਾਂ ਵੀ ਸ਼ਾਰਟਸ ਦੇ ਵਿੱਚ ਤਸਵੀਰਾਂ ਦਿਖਾਈਆਂ, ਇਹ ਤਸਵੀਰਾਂ ਬੜੀਆਂ ਖਾਸ ਨੇ। ਇਹ ਤਸਵੀਰਾਂ ਇਸ ਕਰਕੇ ਖਾਸ ਨੇ ਜਨਾਬ, ਕਿਉਂਕਿ ਜੇਕਰ ਪੰਜਾਬ ਤੋਂ ਬਾਹਰ ਦੀ ਗੱਲ ਕੀਤੀ ਜਾਵੇ ਜਾਂ ਦੇਸ਼ਾਂ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਲੱਗ ਦਿਮਾਗ ਦੀ ਸੋਚ ਰੱਖ ਕੇ ਪੰਜਾਬ ਨੂੰ ਪ੍ਰਜੈਂਟ ਕੀਤਾ ਜਾ ਰਿਹਾ, ਪਰ ਦੂਸਰੇ ਪਾਸੇ ਜੇਕਰ ਅਸਲੀਅਤ ਦੇ ਵਿੱਚ ਜ਼ਮੀਨੀ ਪੱਧਰ 'ਤੇ ਵੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਬਣਦੇ ਪਏ ਨੇ ਇਹ ਵੀ ਇੱਕ ਸੋਚ ਦਾ ਵੱਖਰਾ ਵਿਸ਼ਾ ਹੈ। ਪਰ ਅੱਜ ਅਸੀਂ ਪੋਜ਼ਿਟਿਵ ਗੱਲ ਕਰਾਂਗੇ ਕਿਉਂਕਿ ਅੱਜ ਅਸੀਂ ਪਿੰਡ ਮੋਹੀ ਦੇ ਖੇਡ ਮੈਦਾਨ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਇਹਨਾਂ ਵੀਰਾਂ ਹੋਣਾਂ ਦੀ ਇੱਕ ਸੋਚ ਸਦਕਾ ਪਿੰਡ ਦੇ ਬੱਚੇ ਕਿਵੇਂ ਖੇਡ ਮੈਦਾਨ ਦੇ ਵਿੱਚ ਪਹੁੰਚੇ ਹੋਏ ਨੇ। ਕਈ ਵਾਰ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਪਿੰਡ ਦੇ ਬੱਚੇ ਖੇਡ ਮੈਦਾਨ ਦੇ ਵਿੱਚ ਕ੍ਰਿਕਟ ਖੇਡਦੇ ਪਏ ਆ, ਫੁੱਟਬਾਲ ਕਬੱਡੀ ਖੇਡਦੇ ਪਏ ਆ, ਪਰ ਇੱਥੇ ਇਸ ਪਿੰਡ ਦੇ ਵਿੱਚ ਮੇਰੇ ਖਿਆਲ ਨਾਲ 100 ਦੇ ਕਰੀਬ ਬੱਚੇ ਖੇਡਦੇ ਪਏ ਆ। ਕੀ ਸੋਚ ਲੈ ਕੇ ਇਹ ਮੈਂਬਰ ਸਾਹਿਬਾਨ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੇ ਪਏ ਨੇ ਅਤੇ ਨਾਲ ਦੀ ਨਾਲ ਇਹਨਾਂ ਨੂੰ ਅੱਗੇ ਕੀ ਸੋਚ ਨਾਲ ਲੈ ਕੇ ਜਾਣਾ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆਪਣਾ? ਮੇਰਾ ਨਾਂ ਸੁਖਰਾਜ ਸਿੰਘ ਜੀ।
ਸੁਖਰਾਜ, ਇਹ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਪਹੁੰਚੇ ਹੋਏ ਆ, ਹਾਂਜੀ, ਕੀ ਸੋਚ ਲੈ ਕੇ ਤੁਸੀਂ ਇੱਥੇ ਲੈ ਕੇ ਆਏ? ਦੇਖੋ ਜੀ, ਪਹਿਲਾਂ ਤਾਂ ਆਪਾਂ ਨਾ ਅੱਜ ਦੇ ਸਮੇਂ ਨੂੰ ਜਿਵੇਂ ਦੇਖਦੇ ਹਾਂ ਵੀ ਕਾਫੀ ਆਪਣੇ ਬੱਚੇ ਨਾ ਗਰਾਊਂਡ ਨਾਲ ਟੁੱਟ ਗਏ ਨੇ, ਹੈ ਨਾ। ਆਪਾਂ ਦੇਖਦੇ ਹਾਂ ਵੀ ਫੋਨ 'ਤੇ ਹੀ ਚੁੰਬੜੇ ਰਹਿੰਦੇ ਆ, ਲੱਗੇ ਰਹਿੰਦੇ ਆ, ਅਤੇ ਉਹਨਾਂ ਨੂੰ ਆਪਾਂ ਕੁਛ ਨਾ ਕੁਛ ਮੋਟੀਵੇਸ਼ਨ ਕਰਨ ਲਈ ਗਰਾਊਂਡਾਂ ਦੀ ਜ਼ਰੂਰਤ ਆ ਸਾਨੂੰ। ਅਤੇ ਸਾਡੇ ਕੋਲ ਵਧੀਆ ਹੁਣ ਗਰਾਊਂਡ ਵੀ ਬਣ ਗਏ, ਪਹਿਲਾਂ ਜਿਵੇਂ ਕਹਿ ਲਈਏ ਪਹਿਲਾਂ ਸਮੇਂ 'ਚ ਇੰਨੇ ਵਧੀਆ ਗਰਾਊਂਡ ਵੀ ਨਹੀਂ ਸੀ ਹੁੰਦੇ, ਪਰ ਸਾਡੇ ਕੋਲ ਪਲੇਅਰ ਬਹੁਤ ਵਧੀਆ ਹੁੰਦੇ ਸੀ, ਹੈ ਨਾ। ਅਤੇ ਉਹੀ ਨੇ ਜਿਵੇਂ ਹੁਣ ਅਸੀਂ ਇੱਕ ਤਾਂ ਫੋਨਾਂ 'ਚ ਹੋ ਗਏ, ਇੱਕ ਅਸੀਂ ਲਾ ਲਏ ਬੱਚੇ ਆਪਦੇ ਲੇਜ਼ ਕੋਰਕਰਿਆਂ 'ਚ, ਅਸੀਂ ਕਹਿੰਦੇ ਉਹਨਾਂ ਨੂੰ ਵਧੀਆ ਡਾਇਟ ਵੀ ਦੱਸੀ ਜਾਵੇ ਅਤੇ ਵਧੀਆ ਗਰਾਊਂਡਾਂ ਦੇ ਵਿੱਚ ਉਹਦੀ ਸਿਹਤ ਵੀ ਵਧੀਆ ਹੋਵੇ। ਜਿਵੇਂ ਆਪਾਂ ਦੇਖਦੇ ਹਾਂ ਵੀ ਸਾਡੇ ਹੁਣ ਬੱਚਿਆਂ ਦੀ ਇਮਿਊਨਿਟੀ ਬਹੁਤ ਵੀਕ ਹੋ ਗਈ, ਉਹ ਇਹਨਾਂ ਕਾਰਨਾਂ ਕਰਕੇ ਹੀ ਹੋਈ ਹੈ ਵੀ ਅਸੀਂ ਉਹਨਾਂ ਨੂੰ ਮਿੱਟੀ 'ਚ ਤਾਂ ਵੜਨ ਹੀ ਨਹੀਂ ਦਿੰਦੇ, ਇਸ ਕਰਕੇ ਸਾਡੀ ਸੋਚ ਆ ਏਸੀ ਗੱਦਿਆਂ ਦੇ ਬੈੱਡ। ਹਾਂਜੀ ਹਾਂਜੀ, ਬਸ ਏਸੀ ਦੱਬੋ ਲਓ ਨਜ਼ਾਰੇ, ਉਹ ਖੇਡਾਂ 'ਚ ਵੜ ਲਏ ਅਸੀਂ ਜਵਾਕ, ਹੈ ਨਾ। ਜਿਵੇਂ ਕਹਿੰਦੇ ਬਹੁਤ ਸੋਹਲ ਕਰ ਲਏ ਬੱਚੇ ਅਸੀਂ, ਅਤੇ ਸਾਨੂੰ ਥੋੜ੍ਹੀ ਗਰਾਊਂਡਾਂ ਦੀ ਜ਼ਰੂਰਤ ਆ, ਇਹਨਾਂ ਦੀ ਮਿਹਨਤ ਆ ਇੱਥੇ ਹੀ ਸੱਦ ਕੇ ਕਰਾਈ ਜਾਵੇ ਤਾਂ ਬਹੁਤ ਵਧੀਆ। ਸਾਨੂੰ ਸਾਡੇ ਪਿੰਡ ਦੇ ਵੀਰ ਹਰਦੇਵ ਮੋਹੀ, ਹੈ ਨਾ, ਜੋ ਤੁਸੀਂ ਦੇਖ ਲਿਓ ਪਿੱਛੇ ਵਧੀਆ ਮਿਹਨਤ ਵੀ ਕਰਾਉਂਦੇ ਨੇ, ਕਈ ਦਿਨਾਂ ਤੋਂ ਇਹ ਪ੍ਰੋਸੈਸ ਸਾਡਾ ਚੱਲ ਵੀ ਰਿਹਾ ਵਾ, ਅਤੇ ਅਸੀਂ ਇੱਕ ਦਿਨ ਫਿਰ ਇਹਨਾਂ ਨੂੰ ਇਨਾਮ ਵੀ ਦੇਵਾਂਗੇ, ਕੰਪੀਟੀਸ਼ਨ ਵੀ ਰੱਖਾਂਗੇ ਜੀ ਇਹਨਾਂ ਦਾ। ਮਤਲਬ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਦੇਵ ਮੋਹੀ ਵੀਰਾ ਵਾ ਜਿਹੜਾ ਕਿ ਕਾਲੇ ਕੱਪੜਿਆਂ ਦੇ ਵਿੱਚ ਪ੍ਰੈਕਟਿਸ ਕਰਾਉਂਦਾ ਪਿਆ ਏ, ਇਹਨਾਂ ਦੀ ਸੋਚ ਵੀ ਉਨੀ ਹੀ ਕੰਮ ਕੀਤੀ, ਅਤੇ ਨਾਲ ਇਹ ਮੋਧਵਾਰ ਸੱਜਣ ਵੀ ਪਿੰਡ ਦੇ ਲੱਗੇ ਹੋਏ ਆ। ਅੱਛਾ, ਜੇਕਰ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਪਿਆ ਕਿ ਪਿੰਡ ਦੇ ਵਿੱਚ ਖੇਡਾਂ ਨੂੰ ਲੈ ਕੇ ਭਾਵੇਂ ਪੰਚਾਇਤੀ ਮੈਂਬਰ ਸਾਹਿਬਾਨ ਦੀ ਜਾਂ ਮੋਧਵਾਰ ਸੱਜਣਾਂ ਦੀ ਗੱਲ ਕੀਤੀ ਜਾਵੇ, ਜਾਂ ਕੀ ਪਿੰਡ ਦੇ ਵਿੱਚ ਖਿਡਾਰੀ ਹੈ? ਹਾਂਜੀ, ਐਵੇਂ ਦੇਖੋ, ਅਸੀਂ ਸੰਸਥਾ ਚਲਾਉਂਦੇ ਹਾਂ, ਬਾਬਾ ਦੀਪ ਸਿੰਘ ਕਲੱਬ ਸਾਡੀ ਚੱਲ ਰਹੀ ਆ, ਉਹਦੇ ਥਰੂ ਸਾਡੇ ਦਿਮਾਗ 'ਚ ਸੀਗਾ ਵੀ ਚਲੋ ਯਾਰ ਬੱਚਿਆਂ ਨੂੰ ਕਿਵੇਂ ਕਿਵੇਂ ਨਾ ਗੇਮਾਂ ਨਾਲ ਜੁੜੀਏ। ਸਾਡੇ ਪਿੰਡ ਦਾ ਬਹੁਤ ਨਾਂ ਹੁੰਦਾ ਰਿਹਾ ਜੀ, ਕਦੇ ਜੋਗਿੰਦਰ ਮੋਹੀ, ਪਿਰਤਾ ਮੋਹੀ ਕਬੱਡੀ ਦੇ ਬੈਸਟ ਪਲੇਅਰ ਰਹੇ ਨੇ, ਫਿਰ ਸਾਡੇ ਪਿੰਡ 'ਚ ਇੱਕ ਰੱਸੇ ਦੀ ਟੀਮ ਆਉਂਦੀ ਸੀ ਜਿਹੜੇ ਪੁਰਾਣੇ ਬਜ਼ੁਰਗਾਂ ਦੀ, ਉਹ ਮੈਂ ਬਹੁਤ ਵਧੀਆ ਪੰਜਾਬ ਭਾਰਤ ਜਾਣੀ ਇੰਡੀਆ ਲੈਵਲ ਤੱਕ ਖੇਡਦੇ ਰਹੇ ਨੇ, ਅਤੇ ਹੁਣ ਜਾਣੀ ਫਿਰ ਵਾਲੀਬਾਲ ਦੇ ਵੀ ਸੁੱਖੇ ਬਾਬੇ ਹੁਣੀ ਸਾਰੇ ਵਧੀਆ ਪਲੇਅਰ ਰਹੇ ਨੇ, ਅਤੇ ਅਸੀਂ ਉਹਨਾਂ ਨੂੰ ਵੀ ਦੁਬਾਰਾ ਗਰਾਊਂਡਾਂ 'ਚ ਲੈ ਕੇ ਆਉਣਾ ਜੀ, ਜਿਹੜੇ ਜਾਣੀ ਹੁਣ ਦੇ ਪਲੇਅਰ ਹੈਗੇ ਨੇ ਪਰ ਹਟੇ ਹੋਏ ਨੇ, ਹਟੇ ਹੋਏ, ਹਾਂਜੀ, ਉਹਨਾਂ ਨੂੰ ਅਸੀਂ ਇੱਥੇ ਪਹੁੰਚ ਕਰਨੀ ਆ ਵੀ ਆਪਾਂ ਦੁਬਾਰੇ ਜੁੜਨਾ ਇਹਨਾਂ ਗਰਾਊਂਡਾਂ ਦੇ ਨਾਲ। ਅਤੇ ਕਿਉਂਕਿ ਇਹਦੇ 'ਚ ਇੱਕ ਗੱਲ ਹੋਰ ਆ ਵੀਰੇ, ਮੈਂ ਦੇਖੀ ਆ ਨਾ ਵੀ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਦੀ ਮੌਤ ਬਹੁਤ ਹੋ ਰਹੀ ਆ, ਉਹ ਸਾਡੇ ਖਾਣ ਪੀਣ ਦੇ ਨਾਲ ਹੀ ਆ, ਅਤੇ ਮਿਹਨਤ ਹੈ ਨਹੀਂ ਗਰਾਊਂਡ ਦੀ, ਮਿਹਨਤ ਹੈ ਨਹੀਂ, ਹਾਂਜੀ, ਚੱਲਦੇ ਨਹੀਂ, ਚੱਲਦਾ ਹੈ ਨਹੀਂ ਸਰੀਰ, ਉਦੋਂ ਬਾਅਦ 'ਚੋਂ ਜਿਵੇਂ ਅਟੈਕ ਲਾ ਲਓ ਕੁਛ, ਹੋਰ ਨਾ ਬ੍ਰੇਨ ਅਟੈਕ ਲਾ ਲਓ ਕੁਛ, ਉਹਨਾਂ ਦੇ ਕਾਰਨ ਉਹਨਾਂ ਦੀਆਂ ਮੌਤਾਂ ਹੋ ਰਹੀਆਂ। ਅਸੀਂ ਉਹਨਾਂ ਨੂੰ ਦੇਖਦੇ ਹੋਏ ਨਾ ਵੀ ਯਾਰ ਬੱਚਿਆਂ ਨੂੰ ਗਰਾਊਂਡ ਨਾਲ ਜੋੜੀਏ, ਇਹ ਇੱਕ ਨਸ਼ਾ ਜਿਵੇਂ ਕਹਿੰਦੇ ਨਾ ਨਸ਼ਾ, ਮੈਂ ਕਹਿੰਦਾ ਅੱਗੇ ਵੀ ਗੱਲ ਕਰੀ ਸੀਗੀ ਵੀ ਇੱਕ ਪਹਿਲਾਂ ਇੱਕ ਫਿਲਮ ਆਈ ਸੀਗੀ ਜੀ ਉੜਦਾ ਪੰਜਾਬ, ਉਹ 'ਚ ਦਿਖਾਇਆ ਵੀ ਪੰਜਾਬੀਆਂ ਨੂੰ ਇੱਕ ਨਸ਼ਾ ਹੀ ਕਰਦੇ, ਗਾਲਾਂ ਗੂਲਾਂ ਕੱਢਦੇ ਇਸ ਤਰ੍ਹਾਂ ਦੇ, ਵੀ ਅਸੀਂ ਉੜਦਾ ਨਹੀਂ, ਅਸੀਂ ਚੜ੍ਹਦਾ ਪੰਜਾਬ ਲੈ ਕੇ ਆਉਣਾ। ਅਤੇ ਤੁਸੀਂ ਵੀ ਦੇਖਿਆ ਹੋਊਗਾ ਇੱਕ ਪੈਂਕਾ ਜਰਗਾ ਜੀ ਮੁੰਡੇ ਨੇ, ਉਹਨੇ ਵੀ ਬਹੁਤ ਸੋਹਣੀ ਲਹਿਰ ਚਲਾਤੀ, ਜਵਾਕ ਮੁੰਡੇ ਨੌਜਵਾਨ ਗਰਾਊਂਡਾਂ 'ਚ ਬਾਣਾਂ 'ਚ ਭੱਜਣ ਲਾਤੀ, ਬਾਣਾਂ 'ਚ ਭੱਜਣ, ਹਾਂ, ਮੈਨੂੰ ਲੱਗਦਾ ਹੈਂਡੀਕੈਪ ਦੀ ਇੱਕ ਵੀਡੀਓ, ਹਾਂਜੀ ਹਾਂਜੀ ਹਾਂਜੀ, ਅਤੇ ਉਸੇ ਨੂੰ ਹੀ ਅਸੀਂ ਵੀ ਯਾਰ ਇਸ ਕਾ ਇਹ ਸਾਡੇ ਪਿੰਡ ਹੀ ਨਹੀਂ ਹੋਣਾ ਚਾਹੀਦਾ, ਅਸੀਂ ਇਹ ਕਦਮ ਚੱਕਿਆ ਤਾਂ ਹਰ ਪਿੰਡ ਦੇ ਪਿੰਡ ਸ਼ਹਿਰ ਸ਼ਹਿਰ ਇਹ ਆਵਾਜ਼ ਵਧੇ, ਅਤੇ ਹਰੇਕ ਆਪਾਂ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆਉਣਾ, ਇਹ ਸਾਡੀ ਸੋਚ ਹੈ ਜੀ। ਜੇਕਰ ਆਪਾਂ ਹੁਣ ਇੱਥੇ ਬੱਚੇ ਤੁਹਾਡੇ ਪਿੰਡ ਦੇ ਗਰਾਊਂਡ 'ਚ ਪਹੁੰਚ ਗਏ ਆ, ਮੱਧਮ ਵਰਗ ਦੇ ਵੀ ਹੋਣਗੇ, ਚੰਗੇ ਘਰੋਂ ਵੀ ਹੋਣਗੇ, ਕਈ ਵਾਰ ਜਦੋਂ ਅਸੀਂ ਘਰੇ ਬੱਚਿਆਂ ਦੇ ਅਪਰੋਚ ਕਰਦੇ ਹਾਂ ਤਾਂ ਪਰਿਵਾਰ ਵਾਲੇ ਕੀ ਸਵਾਲ ਜਵਾਬ ਕਰਦੇ ਆ? ਦੇਖੋ ਇਹ ਸਾਡੇ ਦਿਨ ਹੈ ਨਾ ਚਾਰ ਕਦੀ ਹੀ ਹੋਏ ਨੇ, ਅਤੇ ਕੋਈ ਗੱਲ ਨਹੀਂ, ਸਾਨੂੰ ਰਿਸਪੋਂਸ ਬਹੁਤ ਵਧੀਆ ਮਿਲਿਆ, ਕਿਉਂਕਿ ਜਿਵੇਂ ਪਹਿਲੇ ਦਿਨ ਅਸੀਂ 20 ਬੱਚੇ ਸੀ ਅਤੇ ਹੁਣ ਦੇਖ ਲਓ ਅੱਜ ਕਿੰਨੇ ਗਰਾਊਂਡ ਭਰਿਆ ਪਿਆ ਵਾ, ਅਤੇ ਹਜੇ ਉਦੋਂ ਬਾਅਦ 'ਚ ਹੋਰ ਤਾਂ ਸਾਰਿਆਂ ਨੂੰ ਕਹਿੰਦੇ ਵੀ ਮੁੰਡਾ ਸਾਡਾ ਵੀਰ ਹਰਦੇਵ ਸਿੰਘ ਜਿਮ ਟ੍ਰੇਨਰ ਆ, ਇਹਦੀ ਇੱਕ ਗੱਲ ਮੈਨੂੰ ਹੋਰ ਵੀ ਬਹੁਤ ਵਧੀਆ ਲੱਗੀ, ਉਹ ਕਹਿੰਦੇ ਵੀ ਜਿਵੇਂ
ਜਿਮ ਤੇ ਗਰਾਊਂਡ ਦੋਨੇ ਜ਼ਰੂਰੀ ਆ, ਵੀ ਜਿਮ ਇੱਕ ਮਾਂ ਵਾ, ਗਰਾਊਂਡ ਇੱਕ ਪਿਓ ਆ। ਵੀ ਜੇ ਬੱਚਿਆਂ ਨੂੰ ਇੱਕ ਹੀ ਮਾਂ ਜਾਂ ਇੱਕ ਪਿਓ ਦਾ ਹੀ ਪਿਆਰ ਮਿਲੇ ਤਾਂ ਅਧੂਰਾ ਰਹਿ ਜਾਂਦਾ, ਅਤੇ ਦੋਨੇ ਜ਼ਰੂਰੀ ਨੇ, ਜਿਮ ਵੀ ਜ਼ਰੂਰੀ ਆ ਅਤੇ ਗਰਾਊਂਡ ਵੀ। ਬਸ ਇੱਕ ਜਿਹੜੇ ਸਪਲੀਮੈਂਟ ਆ ਸਾਨੂੰ ਐਂ ਵੀ ਯਾਰ ਨੈਚੁਰਲ ਜੀ ਡਾਇਟ ਮਿਲੇ, ਉਹਨਾਂ ਚੀਜ਼ਾਂ 'ਚੋਂ ਬੱਚੇ ਜਾਣੀ ਮੂਹਰੇ ਆਉਣ, ਕਿਉਂਕਿ ਬਾਹਲੇ ਸਪਲੀਮੈਂਟ ਵੀ ਨਹੀਂ ਬਾਹਲੇ। ਦੇਖੋ ਤੁਸੀਂ ਆਪਣੀ ਰੋਜ਼ਮਰਾ ਜ਼ਿੰਦਗੀ ਦੀ ਗੱਲ ਕਰਦੇ ਹੋ, ਤੁਸੀਂ ਆਪ ਕੀ ਕਰਦੇ ਹੋ? ਮੈਂ ਜੀ ਇੱਕ ਡੈਰੀ ਦਾ ਵਰਕ ਕਰਦਾ ਹਾਂ ਜੀ। ਇਹ ਸਵਾਲ ਇਸ ਕਰਕੇ ਪੁੱਛਿਆ ਕਿਉਂਕਿ ਜਿੱਥੇ ਆਪਾਂ ਨਸ਼ੇ ਦੀ ਗੱਲ ਨੌਜਵਾਨੀ ਦੀ ਗੱਲ ਕੀਤੀ ਆ, ਤਾਂ ਸਾਡੇ ਪੰਜਾਬ ਦੇ ਵਿੱਚ ਡੈਰੀਆਂ ਦੇ ਵਿੱਚ ਦੁੱਧ ਨੂੰ ਲੈ ਕੇ ਵੀ ਇੱਕ ਨਸ਼ਾ ਹੀ ਮੰਨਿਆ ਜਾ ਰਿਹਾ, ਜਿਹੜਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਵੀ ਘਰ ਕੀਤਾ ਹੋਇਆ ਅਤੇ ਅਸਲ ਦੇ ਵਿੱਚ ਵੀ ਬਹੁਤ ਹੀ ਵਾਰ ਇੰਡ ਦੇਖਿਆ ਗਿਆ ਹੈ ਕਿ ਕਈ ਵਾਰ ਜਦੋਂ ਦੁੱਧ ਸਿੱਟ ਦਿੰਦੇ ਆ ਫਰਸ਼ 'ਤੇ ਤਾਂ ਕਲੀਜੀ ਬਣ ਜਾਂਦਾ। ਹਾਂਜੀ ਹਾਂਜੀ। ਚਲੋ ਇੰਟਰਵਿਊ ਚੱਲਦੀ ਪਈ ਆ, ਤੁਹਾਡੇ ਕੋਲ ਡੈਰੀ ਹੈਗੀ ਆ, ਕੀ ਕਿਵੇਂ ਪਕੜ ਸਕਦੇ ਹਾਂ ਕਿ ਦੁੱਧ ਸਹੀ ਆ ਜਾਂ ਗਲਤ ਆ? ਇਹਦਾ ਦੇਖੋ ਜੀ, ਹੁੰਦੇ ਆ ਕਈ ਨਾ ਲੋਕ ਲਾਲਚੀ ਵਿਅਰਤੀ ਦੇ, ਜਿਹੜੇ ਉਹਨਾਂ ਨੂੰ ਕਿਸੇ ਦੀ ਸਿਹਤ ਨਾਲ ਕੋਈ ਮਤਲਬ ਨਹੀਂ, ਉਹ ਆਪਦਾ ਫਾਇਦਾ ਸੋਚਦੇ ਆ, ਉਹ ਨਹੀਂ ਸੋਚਦੇ ਵੀ ਇਹ ਕਿਸੇ ਦੇ ਬੱਚੇ ਨੇ ਵੀ ਪੀਣਾ, ਕਿਸੇ ਬਜ਼ੁਰਗ ਨੇ ਵੀ ਪੀਣਾ, ਹੈ ਨਾ। ਅਤੇ ਫੜਨ ਵਾਲੇ ਤਾਂ ਦੇਖੋ ਹੁਣ ਫੂਡ ਮਹਿਕਮਾ ਹੈਗਾ, ਜੇ ਉਹ ਚਾਹੇ ਤਾਂ ਸਾਰਾ ਕੁਛ ਹੋ ਸਕਦਾ ਵਾ, ਪਰ ਉਹਨਾਂ ਦੇ ਜਾਣੀ ਇਹ ਧਿਆਨ 'ਚ ਵੀ ਹੈਗਾ, ਪਤਾ ਨਹੀਂ ਕਿਉਂ ਜਾਣੀ ਫੜ ਵੀ ਲੈਂਦੇ ਨੇ ਫਿਰ ਛੱਡ ਦਿੰਦੇ ਨੇ ਜੀ। ਵੈਸੇ ਜੇ ਨੋਰਮਲ ਘਰਾਂ ਦੇ ਵਿੱਚ ਕੁਛ ਫਿਰ ਵੀ ਜਗਾੜ ਲਾ ਕੇ, ਪਿੰਡਾਂ ਦੇ ਵਿੱਚ ਤਕਰੀਬਨ ਠੀਕ ਆ ਜੀ ਹਾਲਾਤ, ਇਹ ਜੀ ਕਰਨੀ ਜਿੱਥੇ ਮੈਨੂੰ ਲੱਗਦਾ ਵੀ ਸ਼ਹਿਰੀ ਏਰੀਆ 'ਚ ਆ, ਉੱਥੇ ਇਸ ਤਰ੍ਹਾਂ ਦਾ ਵੱਧ ਕੁਛ ਚੱਲ ਰਿਹਾ ਵਾ। ਮਸ਼ੀਨ ਕੋਸ ਟੈਸਟ ਕਰਦੇ ਨੇ ਜੀ, ਜਿਵੇਂ ਉਹ ਆਪਾਂ ਮਿਲਕ ਪਲਾਂਟ ਦੇਰਕਾ ਲੁਧਿਆਣਾ ਵਾ ਨਾ, ਉਹਨਾਂ ਕੋਲ ਵਧੀਆ ਮਸ਼ੀਨਾਂ ਹੈਗੀਆਂ ਨੇ, ਜੇ ਤੁਹਾਨੂੰ ਕੋਈ ਲੱਗਦਾ ਸੈਂਪਲ ਉੱਥੇ ਟੈਸਟ ਕਰਾ ਸਕਦੇ। ਹਾਂਜੀ। ਅੱਛਾ, ਇਸ ਸਭ ਦੇ ਵਿੱਚ ਆਪਾਂ ਹੁਣ ਫਿਰ ਇਸ ਪਿੰਡ 'ਤੇ ਆ ਜਾਂਦੇ ਹਾਂ। ਇਹ ਪਿੰਡ ਵੈਸੇ ਵੀ ਕਹਿੰਦੇ ਕਿ ਗੁਰੂ ਸਾਹਿਬਾਨ ਦੀ ਬੜੀ ਇੱਥੇ ਬਰਕਤ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਜੇ ਤੁਹਾਨੂੰ ਜਾਣਨਾ ਪੈਣਾ। ਹਾਂਜੀ ਹਾਂਜੀ, ਜਿੱਥੇ ਆਪਣੇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਆਏ ਨਾ, ਰਾਸਤੇ ਪੜਾਅ ਦੇ ਪੜਾਅ ਹੁੰਦੇ ਹੋਏ ਜੀ ਮੋਹੀ ਨਗਰ ਪਹੁੰਚੇ, ਇੱਥੇ ਆ ਕੇ ਉਹਨਾਂ ਨੇ ਠਹਿਰ ਕੀਤੀ, ਅਤੇ ਉਹਨਾਂ ਦੇ ਜੋ ਚਮਕੌਰ ਦੀ ਗੜੀ ਦੇ ਵਿੱਚ ਤੀਰ ਚਲਾਉਂਦੇ ਆ, ਅਤੇ ਇੱਕ ਊਂ ਠੰਡ ਬਹੁਤ ਸੀ ਉੱਥੇ ਨਾ, ਰਿੰਗ ਪਏ ਛੱਲਾ ਜੀ ਉਹਨੂੰ ਗੁਲਸਤਰਾਨ ਕਹਿੰਦੇ ਨੇ, ਉਹ ਧੱਸ ਗਿਆ ਸੀ ਕਿਉਂਕਿ ਉਂਗਲਾਂ ਨੂੰ ਸੋਜ ਆ ਗਈ ਸੀ, ਅਤੇ ਉਹਨਾਂ ਨੇ ਫਿਰ ਉਹ ਕਟਾਉਣ ਲਈ ਪਿੰਡ ਦੇ ਸਾਡੇ ਪਹੁੰਚ ਕਿਹਾ ਸੰਗਤ ਨੂੰ, ਅਤੇ ਸਾਡੇ ਪਿੰਡ ਦੇ ਸੀਗਾ ਜੀ ਭਾਈ ਜਵਾਲਾ ਜੀ। ਅੱਛਾ। ਉਹਨਾਂ ਨੇ ਜੀ ਫਿਰ ਬੜੇ ਪਿਆਰ ਪ੍ਰੇਮ ਸਤਿਕਾਰ ਨਾਲ ਜਾਣੀ ਉਹ ਛੱਲਾ ਕੱਟਿਆ, ਅਤੇ ਉਹ ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਮੌਜੂਦ ਆ ਜੀ। ਅੱਛਾ। ਹਾਂਜੀ। ਇਸ ਕਰਕੇ ਮਤਲਬ ਗੁਰਦੁਆਰਾ ਸਾਹਿਬ, ਹਾਂਜੀ ਗੁਰਦੁਆਰਾ ਛੱਲਾ ਸਾਹਿਬ ਦੇ ਨਾਮ ਮਸ਼ਹੂਰ ਆ, ਗੁਰਦੁਆਰਾ ਪਾਤਸ਼ਾਹੀ ਦਸਵੀਂ ਜਾਣੀ ਉੱਥੇ ਰਜਿਸਟਰਡ ਆ ਜੀ। ਸੋ ਜਿਸ ਤਰ੍ਹਾਂ ਅਸੀਂ ਵੀਰ ਨਾਲ ਗੱਲ ਕੀਤੀ ਆ ਅਤੇ ਨਾਲ ਬਾਕੀ ਸੱਜਣ ਵੀ ਖੜ੍ਹੇ ਆ, ਇਸ ਸਭ ਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਬੱਚਿਆਂ ਦੇ ਵੱਲੋਂ ਕਿਸ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਆ, ਅਤੇ ਨਾਲ ਦੀ ਨਾਲ ਦੀਪ ਬਾਈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਸੋਚ ਦੇ ਨਾਲ ਇਸ ਨੂੰ ਲੈ ਕੇ ਅੱਗੇ ਵੱਧਦੇ ਪਏ ਨੇ, ਕੀ ਬੱਚਿਆਂ ਦੀ ਕੁਐਰੀਜ਼ ਹੁੰਦੀਆਂ ਨੇ, ਕੀ ਬੱਚਿਆਂ ਨੂੰ ਮੁਸ਼ਕਲਾਂ ਆਉਂਦੀਆਂ ਅਤੇ ਕਿਵੇਂ ਦੂਰ ਕੀਤੀਆਂ ਜਾਂਦੀਆਂ, ਆਓ ਨਜ਼ਰ ਮਾਰਦੇ। ਸੋ ਜਿਹੜੀ ਉਹ ਗੱਲ ਕੀਤੀ ਸੀ ਖੇਡ ਮੈਦਾਨ ਦੇ ਵਿੱਚ, ਇੱਕ ਮੁੰਡਾ ਵਾ ਕਹਿੰਦੇ ਕਾਲੇ ਕੱਪੜਿਆਂ ਵਾਲਾ, ਬੱਚਿਆਂ ਨੂੰ ਪੂਰੀ ਤੰਦਰੁਸਤੀ ਦੇ ਨਾਲ ਕਿਵੇਂ ਖੇਡਣਾ, ਪਹਿਲਾਂ ਕਿਵੇਂ ਵਾਰਮ ਅਪ ਕਰਨਾ ਅਤੇ ਉਸ ਤੋਂ ਬਾਅਦ ਕਿਵੇਂ ਗੇਮਾਂ ਲਾਉਣੀਆਂ, ਇਹ ਉਹੀ ਬਾਈ ਆ ਹਰਦੇਵ ਮੋਹੀ ਆ, ਇਹਦੇ ਬਾਈ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਬਾਈ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿ ਇਹ ਜਿਹੜਾ ਉਪਰਾਲਾ ਸ਼ੁਰੂ ਕੀਤਾ, ਇਹ ਬਹੁਤੇ ਜਗ੍ਹਾ 'ਤੇ ਨਹੀਂ ਹੁੰਦਾ। ਹਾਂਜੀ। ਇਹ ਤੁਸੀਂ ਜਿਸ ਤਰ੍ਹਾਂ ਤੁਹਾਡੀ ਫਿਜ਼ੀਕ ਦੇਖ ਕੇ ਪਤਾ ਚੱਲਦਾ ਕਿ ਤੁਸੀਂ ਆਪ ਇਹਨਾਂ ਚੀਜ਼ਾਂ ਤੋਂ ਨਿਕਲੇ ਹੋਏ। ਬਿਲਕੁਲ ਜੀ। ਜੇਕਰ ਮੈਂ ਹਰਦੇਵ ਦੀ ਗੱਲ ਕਰਾਂ, ਹਰਦੇਵ ਕਿੱਥੋਂ ਦਾ ਰਹਿਣ ਵਾਲਾ, ਪਰਿਵਾਰ ਕੀ ਆ ਅਤੇ ਕਿਹੜੀ ਸੋਚ ਦੇ ਨਾਲ ਬੱਚੇ ਇੱਥੇ ਪਹੁੰਚੇ ਹੋਏ ਆ, ਉਹ ਦੱਸੋ। ਹਾਂਜੀ, ਮੇਰਾ ਪਿੰਡ ਮੋਹੀ ਆ ਜੀ, ਇੱਥੋਂ ਦਾ ਜੰਪਲ ਆ ਮੈਂ। ਤਕਰੀਬਨ 2001 ਤੋਂ ਮੈਂ ਸਟਾਰਟ ਕੀਤਾ ਜੀ ਵਰਕਆਊਟ ਕਰਨਾ, ਅਤੇ ਅੱਜ ਤੱਕ ਵਰਕਆਊਟ ਦੇ ਨਾਲ ਜੁੜੇ ਹੋਏ ਹਾਂ, ਅਤੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਇਹ ਰਹੀ ਆ ਵੀ ਆਪਦੇ ਨਾਲ ਜਾਂ ਨੂੰ ਮੋਟੀਵੇਟ ਕਰਾਂ, ਜਿੰਨੇ ਮੇਰਾ ਫਰੈਂਡ ਸਰਕਲ ਹੈ ਜਾਂ ਕੋਈ ਨਵਾਂ ਵੀ ਲਾਈਫ ਦੇ ਵਿੱਚ ਦੋਸਤ ਆਉਂਦਾ ਹੈ, ਜਿਮ ਦੇ ਵਿੱਚ ਲੋਕ ਮਿਲਦੇ ਆ, ਸਭ ਨੂੰ ਮੋਟੀਵੇਟ ਕਰੀਦਾ ਵੀ ਆਪਣੀ ਫਿਟਨੈਸ ਵੱਲ ਧਿਆਨ ਦੇਣ।
ਆਪਾਂ ਹੁਣ ਦੇਖੀਦੇ ਵੀ ਗਰਾਊਂਡ ਸਾਡੀ ਇੱਥੇ ਆਮ ਰੌਣਕ ਬਹੁਤ ਰਹਿੰਦੀ ਸੀ। ਮੈਂ ਕਦੇ ਇੱਥੇ ਗਰਾਊਂਡ ਦੇ ਵਿੱਚ ਹਫ਼ਤੇ 15 ਦਿਨਾਂ ਬਾਅਦ ਰੌਂਡ ਮਾਰਦਾ ਖਾਲੀ ਪਿਆ ਹੁੰਦਾ ਸੀ। ਇਹੀ ਸੋਚਿਆ ਆਪਾਂ ਵੀ ਬੱਚੇ ਨਵੀਂ ਸਿਹਤ ਲੈਣ, ਨਵਾਂ ਆਪਣਾ ਵਰਕਆਊਟ ਸਟਾਰਟ ਕਰਕੇ ਸਿੱਖਣ ਕੁਛ, ਜਿੱਦਾਂ ਚਲੋ ਆਪਾਂ ਲੋਕਾਂ ਨੂੰ ਗਾਈਡ ਹੀ ਕਰ ਰਹੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਵੀ ਇੱਕ ਨਵੇਂ ਪਨੀਰੀ ਨੂੰ ਤਿਆਰ ਕੀਤਾ ਜਾਵੇ ਜਿਹੜੇ ਫਿਟਨੈਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਣ। ਦੇਵ ਬਾਈ ਫਿਟਨੈਸ ਦੀ ਗੱਲ ਕਰਦੇ ਹਾਂ ਨਾ, ਬਹੁਤ ਇਹ ਕਹਿੰਦੇ ਆ ਕਿ ਗਰਾਊਂਡ 'ਚ ਆਈਏ, ਬਹੁਤ ਕਹਿੰਦੇ ਜਿੰਮ ਜਾਈਏ। ਹਾਂਜੀ, ਜਿੰਮ ਦੀ ਗੱਲ ਕਈ ਵਾਰ ਜੇ ਚੰਗੀਆਂ ਗੱਲਾਂ ਦੀ ਗੱਲ ਕਰੀਏ ਤਾਂ ਜਿੰਮ 'ਚ ਲੋਕ ਬੋਡੀ ਬਣਾ ਲੈਂਦੇ ਆ, ਬਿਲਕੁਲ ਜੀ, ਪਰ ਜੇ ਮਾੜੀਆਂ ਗੱਲਾਂ ਦੀ ਗੱਲ ਕਰੀਏ ਤਾਂ ਕਹਿੰਦੇ ਪ੍ਰੋਟੀਨਾਂ ਕਰਟੀਨਾਂ 'ਚ ਪੈ ਜਾਂਦੇ ਆ, ਮੁੜ ਚੰਗੇ ਪੈ ਜਾਂਦੇ ਆ। ਹਾਂਜੀ, ਜੇਕਰ ਬੰਦੇ ਨੇ ਨੋਰਮਲ ਜਿਹਾ ਜਿੰਮ ਲਾਉਣਾ, ਹਾਂਜੀ, ਬਹੁਤਾ ਵਰਗ ਉਹੀ ਹੁੰਦਾ, ਹਾਂਜੀ, ਤਾਂ ਕਿਹੜੀ ਚੀਜ਼ ਫੋਲੋ ਕਰਿਆ? ਦੇਖੋ ਜੀ, ਜੇ ਤਾਂ ਤੁਸੀਂ ਪ੍ਰੋਫੈਸ਼ਨਲੀ ਇਸ ਲਾਈਨ 'ਚ ਜਾਣਾ ਤਾਂ ਪ੍ਰੋਟੀਨ ਸਪਲੀਮੈਂਟ ਬਹੁਤ ਜ਼ਰੂਰੀ ਨੇ। ਜੇ ਪ੍ਰੋਟੀਨ ਦੀ ਗੱਲ ਕਰੀਏ, ਪ੍ਰੋਟੀਨ ਛੋਟੇ ਬੱਚੇ ਤੋਂ ਲੈ ਕੇ ਵੱਡੀ ਏਜ ਦੇ ਬਜ਼ੁਰਗਾਂ ਤੱਕ ਵੀ ਜ਼ਰੂਰਤ ਹੈ। ਜੇ ਤੁਹਾਨੂੰ ਜੈਨੂਅਨ ਸਪਲੀਮੈਂਟ ਮਿਲਦਾ, ਨਹੀਂ ਅੱਜ ਕੱਲ੍ਹ ਮਾਰਕੀਟ ਦੇ ਵਿੱਚ ਬੜੇ ਫੇਕ ਸਪਲੀਮੈਂਟ ਨੇ ਅਤੇ ਉਹਨਾਂ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦੇ ਨੇ ਨਾ, ਤਾਂ ਜਿਹੜੇ ਲੋਕ ਉਸ ਚੀਜ਼ 'ਚ ਨਹੀਂ ਜਾਣਾ ਚਾਹੁੰਦੇ ਉਹ ਘਰ ਦੀ ਨੈਚੁਰਲ ਡਾਇਟ ਦੇ ਨਾਲ ਹੀ ਇੱਕ ਅੱਛੀ ਫਿਜ਼ੀਕ ਤਿਆਰ ਕਰ ਸਕਦੇ ਆ। ਔਰ ਜੇ ਕਿਸੇ ਨੇ ਪ੍ਰੋਫੈਸ਼ਨਲੀ ਗੇਮ ਕਰਨੀ ਆ ਜਾਂ ਸ਼ੋਅ ਕਰਨਾ ਕੋਈ, ਉਹ ਇਸ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਅਸੀਂ ਇਹ ਟਰਾਈ ਕਰਾਂਗੇ ਆਪਣੇ ਕੈਨੇਡਾ ਟੀਵੀ 'ਤੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਾਈ ਦੀ ਇੱਕ ਸਪੈਸ਼ਲ ਇੰਟਰਵਿਊ ਕਰਾਂਗੇ ਜਿਸ ਦੇ ਵਿੱਚ ਕਿਵੇਂ ਇਹ ਚੀਜ਼ਾਂ ਨੂੰ ਆਪਾਂ ਅੱਗੇ ਲਿਜਾ ਸਕਦੇ ਹਾਂ, ਪ੍ਰੋਡਕਟ ਨੂੰ ਲੈ ਕੇ, ਬੋਡੀ ਨੂੰ ਲੈ ਕੇ ਆਪਾਂ ਦੁਬਾਰੇ ਖੇਡ ਮੈਦਾਨ 'ਤੇ ਆ ਜਾਂਦੇ ਹਾਂ। ਹਾਂਜੀ ਬਾਈ ਜੀ, ਇਹ ਬੱਚੇ ਬੈਠੇ ਆ, ਪਿੰਡ ਦੇ ਬੱਚੇ ਬੈਠੇ ਜਿਹੜੇ ਕਿ ਸ਼ਾਇਦ ਆਹ ਦਿਨ ਤੋਂ ਪਹਿਲਾਂ ਜਾਂ ਹੋਰ 2 ਦਿਨ ਤੋਂ ਪਹਿਲਾਂ ਹਾਂਜੀ ਹਾਂਜੀ ਗਲੀ ਦੇ ਵਿੱਚ ਫੋਨ ਫੜ ਕੇ ਖੜੇ, ਬਿਲਕੁਲ ਬਿਲਕੁਲ ਜੀ, ਜਾਂ ਐਵੇਂ ਕਹਿ ਦਈਏ ਕਿ ਘਰਾਂ ਦੇ ਵਿੱਚ ਏਸੀਆਂ ਪੱਖਿਆਂ ਕੋਲ, ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਦੇਖਦੇ, ਇਸ ਤਰ੍ਹਾਂ ਹੀ ਆ। ਅੱਛਾ, ਕੀ ਸੋਚ ਨਾਲ ਫਿਰ ਆਪਾਂ ਲੈ ਕੇ? ਆਪਣੀ ਇਹੀ ਸੋਚ ਆ ਜੀ ਵੀ ਬੱਚੇ ਸਿੱਖਣ ਨਵੀਆਂ ਚੀਜ਼ਾਂ। ਫੋਨ ਜੋ ਆਪਣੀ ਲਾਈਫ ਸਟਾਈਲ ਆਪਣਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਨਾ, ਆਪਣੀਆਂ ਜਿਹੜੀਆਂ ਪੇਂਡੂ ਗੇਮਾਂ ਨੇ ਉਹ ਖਤਮ ਹੋ ਚੱਲੀਆਂ ਨੇ, ਅਤੇ ਬੱਚੇ ਗਰਾਊਂਡ ਨਾਲ ਜੁੜਨ, ਆਪਣੀ ਸਿਹਤ ਨੂੰ ਆਪਣੇ ਮਾਂ ਬਾਪ ਨੂੰ ਵੀ ਮੋਟੀਵੇਟ ਕਰਨ ਤਾਂ ਜੋ ਇੱਕ ਨਵਾਂ ਆਪਾਂ ਪੰਜਾਬ ਦੁਬਾਰੇ ਹਰਾ ਭਰਾ ਕਰ ਸਕੀਏ। ਠੀਕ ਹੈ। ਅੱਛਾ, ਅਤੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਆ ਇਹ ਬੱਚਿਆਂ ਦੇ ਪੰਜਾਬ ਦੇ ਭਵਿੱਖ ਦੇ, ਬਿਲਕੁਲ ਜੀ, ਕੀ ਮੰਨਦੇ ਹੋ ਕਿ ਜਦੋਂ ਹੁਣ ਇਹ ਬੱਚੇ ਗਰਾਊਂਡ ਦੇ ਵਿੱਚ ਆ ਗਏ, ਹਾਂਜੀ, ਅਤੇ ਇਸ ਤੋਂ ਬਾਅਦ ਇਹ ਸਕੂਲਾਂ ਦੇ ਵਿੱਚ ਜਾਣਗੇ? ਹਾਂਜੀ ਬਿਲਕੁਲ ਜੀ, ਤਾਂ ਇਹਨਾਂ ਦੇ ਸ਼ਾਇਦ ਦਿਮਾਗ ਸੈੱਟ ਹੋ ਜਾਣਾ ਕਿ ਮੈਂ ਜਾ ਕੇ ਗੇਮ ਲਾਉਂ, ਬਿਲਕੁਲ, ਫਿਟਨੈਸ ਵੱਧੂਗੀ, ਹਾਂਜੀ, ਫਿਟਨੈਸ ਨਾਲ ਤੰਦਰੁਸਤੀ ਆਊ, ਹਾਂਜੀ, ਪੜ੍ਹਾਈ ਜ਼ਿਆਦਾ ਮਤਲਬ ਕਰ ਸਕਦੇ ਬਿਲਕੁਲ, ਹੈ ਨਾ, ਸਰੀਰ ਤੰਦਰੁਸਤ। ਅੱਛਾ, ਕਈ ਵਾਰ ਮੱਧਮ ਵਰਗ ਦੇ ਬੱਚੇ ਆ ਜਾਂਦੇ, ਹਾਂਜੀ, ਉਹਨਾਂ ਵਾਸਤੇ ਕੁਛ ਹੋ ਸਕਦਾ? ਬਿਲਕੁਲ ਹੋ ਸਕਦਾ ਜੀ, ਦੇਖੋ ਸਾਡੇ ਐਨ ਆਰ ਆਈ ਭਰਾ ਸਾਨੂੰ ਸਪੋਰਟ ਕਰਦੇ ਨੇ, ਜਿਹੜਾ ਵੀ ਬੱਚਾ ਕੋਈ ਅੱਛਾ ਐਥਲੀਟ ਬਣੂਗਾ ਸਾਡੀ ਵੀ ਸਪੋਰਟ ਰਹੂਗੀ, ਸਾਡੇ ਭਰਾਵਾਂ ਦੀ ਵੀ ਸਪੋਰਟ ਰਹੂਗੀ। ਵੀਰੇ ਹੁਣੀ ਸਪੋਰਟਸ ਕਲੱਬ ਦੇ ਪ੍ਰਧਾਨ ਨੇ, ਬਹੁਤ ਸਾਰੇ ਦੋਸਤ ਮਿੱਤਰ ਸਾਡੇ ਹੈਗੇ ਨੇ ਜਿਹੜੇ ਹੈਲਪ ਕਰਦੇ ਨੇ, ਅਤੇ ਸਾਡਾ ਕੋਈ ਵਧੀਆ ਸਟੂਡੈਂਟ ਬਣ ਕੇ ਅੱਗੇ ਨਿਕਲਦਾ, ਅਥਲੀਟ ਬਣਦਾ ਜਾਂ ਕੋਈ ਵੀ ਪਲੇਅਰ ਬਣਦਾ, ਪੂਰਾ ਪਿੰਡ ਸਪੋਰਟ ਕਰਨ ਲਈ ਰੈਡੀ ਹੈ ਜੀ। ਮੇਰੀ ਆਪਣੀ, ਮੈਂ ਇੱਕ ਬਹੁਤ ਲੋ ਫੈਮਿਲੀ ਤੋਂ ਉੱਪਰ ਉੱਠ ਕੇ ਆਇਆ, ਆਪਣੇ ਆਪ ਨੂੰ ਵਧੀਆ ਕੀਤਾ ਆ, ਮਿਹਨਤ ਕੀਤੀ ਹੈ, ਅਤੇ ਮੇਰੇ ਪਿੰਡ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜੀ। ਇਸ ਸਭ ਦੇ ਵਿੱਚ ਜਿਹੜੇ ਪਿੰਡ ਦੇ ਮੋਹਤਵਾਰ ਸੱਜਣ, ਹਾਂਜੀ, ਸਰਪੰਚ ਸਾਹਿਬ ਹੋ ਗਏ, ਹਾਂਜੀ, ਜਾਂ ਤੁਹਾਡੇ ਪਿੰਡ 'ਚ ਮੈਂ ਸੁਣਿਆ ਕਿ ਕਾਫੀ ਰਿਚ ਫੈਮਿਲੀ, ਹਾਂਜੀ ਹਾਂਜੀ ਬਿਲਕੁਲ, ਨਾ ਕਰੇ ਸੰਪਰਕ ਹੁੰਦਾ ਰਹਿੰਦਾ, ਹੁੰਦਾ ਰਹਿੰਦਾ ਜੀ, ਕਹਿੰਦੇ ਮੋਟੀਵੇਟ ਕਰਦੇ ਨੇ ਜੀ, ਕਰਦੇ ਨੇ ਜੀ, ਕਰਦੇ ਨੇ ਮੋਟੀਵੇਟ, ਅਤੇ ਹਮੇਸ਼ਾ ਪੁਸ਼ ਹੀ ਮਿਲਿਆ ਪਿੰਡ ਦੇ ਵਿੱਚੋਂ, ਕਦੇ ਕਿਸੇ ਬੰਦੇ ਨੇ ਲੱਤ ਨਹੀਂ ਖਿੱਚੀ ਆਪਣੀ, ਤਾਂ ਹਮੇਸ਼ਾ ਅੱਗੇ ਹੀ ਵਧੇ ਹਾਂ, ਸਾਰੇ ਪਿੰਡ ਦੀ ਸਪੋਰਟ ਨਾਲ ਆ, ਫੈਮਿਲੀ ਦੀ ਸਪੋਰਟ ਹੈ, ਕੁਛ ਮੋਟੀਵੇਸ਼ਨ ਆਪਣੇ 'ਚ, ਪੋਜ਼ਿਟਿਵਿਟੀ ਸਭ ਤੋਂ ਵੱਡੀ ਗੱਲ ਹੈ, ਪੋਜ਼ਿਟਿਵ ਰਹੂ ਬੰਦਾ ਤਾਂ ਅੱਗੇ ਵੱਧ ਜੂ। ਟੋਲੇ ਦੀਂਦੇ ਆ ਬਾਈ ਦੇ, ਹੈ ਨਾ? ਹਾਂਜੀ। ਕਦੇ ਕੋਈ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਆਇਆ, ਹਾਂਜੀ, ਡੋਲ ਗਿਆ ਹੋਵੇ,
ਦੇਖੋ ਇਨਸਾਨ ਹੈ ਜੀ, ਡੋਲਦਾ ਜ਼ਰੂਰ ਹੈ, ਕੁਛ ਸਿੱਖਣ ਨੂੰ ਦੇਈਏ ਬਿਲਕੁਲ, ਪਰ ਮੈਂ ਇਹੀ ਕਹੂੰਗਾ ਮਾੜਾ ਚੰਗਾ ਟਾਈਮ ਆਉਂਦਾ ਰਹਿੰਦਾ ਹਰ ਇੱਕ 'ਤੇ ਆਉਂਦਾ, ਸਟਰਗਲ ਹਰ ਇੱਕ ਨੇ ਕਰਨੀ ਹੈ ਅਤੇ ਸਭ ਨੂੰ ਕਰਨੀ ਵੀ ਪੈਂਦੀ ਹੈ, ਅਤੇ ਕਦੇ ਵੀ ਦਿਲ ਨਾ ਛੱਡੋ ਆਪਣਾ, ਜੋ ਵੀ ਤੁਸੀਂ ਡਰੀਮ ਹੈਗਾ ਉਹਦੇ 'ਤੇ ਵਰਕ ਕਰਦੇ ਰਹੋ, ਇੱਕ ਨਾ ਇੱਕ ਦਿਨ ਤੁਹਾਨੂੰ ਅਚੀਵਮੈਂਟ ਜ਼ਰੂਰ ਮਿਲੂਗੀ। ਆਖਰੀ ਸਵਾਲ 'ਤੇ ਆ ਜਾਂਦਾ, ਹਾਂਜੀ, ਪਿੰਡ ਦੀ ਗੱਲ ਕਰ ਲਈ ਹੈ, ਬਾਕੀ ਤੁਹਾਡੇ ਵੀਰ ਉਹਨਾਂ ਤੋਂ ਪਿੰਡ ਦੇ ਇਤਿਹਾਸ 'ਤੇ ਵੀ ਗੱਲ ਕੀਤੀ, ਬੱਚਿਆਂ ਦੇ ਬਹੁਤ ਸਵਾਲ ਜਵਾਬ ਹੈ ਮੇਰੇ ਕੋਲ, ਚਲੋ ਸਮਾਂ ਵੀ ਉਹਨਾਂ ਜ਼ਿਆਦਾ ਦਿੰਦਾ ਨਹੀਂ ਹੁੰਦਾ, ਕਿਉਂਕਿ ਬੱਚਿਆਂ ਦਾ ਭਵਿੱਖ ਹਾਲੇ, ਚਲੋ ਜੇ ਇੱਥੋਂ ਅਸੀਂ ਬੰਨਣ ਲੱਗਾਂਗੇ ਹਾਂਜੀ ਤਾਂ ਪਲੱਸ ਟੂ ਤੱਕ ਥੋੜ੍ਹਾ ਜਿਹਾ ਬਿਲਡਅਪ ਹੋ ਜੂ। ਅਸੀਂ ਮੈਂ ਇੱਥੋਂ ਸਟਾਰਟ ਹੋਇਆ ਹਾਂ, ਇਸ ਏਜ 'ਚੋਂ ਸਟਾਰਟ ਹੋਏ ਹੋਏ ਹਾਂ, ਮੇਰਾ ਬ੍ਰਦਰ ਵੀ ਮੇਰਾ ਫਿਟਨੈਸ ਟ੍ਰੇਨਰ ਹੈ, ਮੈਂ ਵੀ, ਅਤੇ ਮੈਂ ਬੜੇ ਮੁੰਡੇ ਬਣਾਏ ਨੇ ਫਿਟਨੈਸ ਲੈਣ ਦੇ ਵਿੱਚ, ਮੇਰੀ ਕੋਸ਼ਿਸ਼ ਹੁੰਦੀ ਹੈ ਜੇ ਕਿਸੇ ਬੰਦੇ ਨੇ ਕਰਨਾ ਚਾਹੁੰਦਾ ਤਾਂ ਉਹਨੂੰ ਪੁੱਛ ਕਰਕੇ ਅੱਗੇ ਲੈ ਕੇ ਆਓ, ਅਤੇ ਇਸੇ ਸੋਚ ਨਾਲ ਮੈਂ ਇੱਥੇ ਹਾਂ ਵੀਰੇ। ਉਹਨਾਂ ਨੇ ਜਲਦੀ ਇੰਟਰਵਿਊ ਦੇ ਵਿੱਚ ਬਾਈ ਦੇਖੋ ਬੱਚਿਆਂ ਨੂੰ ਪ੍ਰੋਪਰ ਲਾਈਨਾਂ 'ਚ ਬਿਠਾ ਕੇ ਉਹਨਾਂ ਨੂੰ ਹੁਣ ਜੋ ਵੀ ਉਹਨਾਂ ਦੀ ਡਾਇਟ ਹੈਗੀ ਆ ਭਾਵੇਂ ਉਹ ਕੋਈ ਵੀ ਚੀਜ਼ ਹੋਵੇ ਉਹਨਾਂ ਨੂੰ ਹੁਣ ਇੱਥੇ ਬਿਠਾ ਕੇ ਪੜਾਈ ਜਾਊ, ਐਵੇਂ ਨਹੀਂ ਵੀ ਸਾਹ ਚੜਿਆ ਹੋਇਆ ਸੀ ਬੱਕੀ ਚੜ ਗਈ ਜਾਂ ਕੋਈ ਲੈਣਾ ਦੇਣਾ, ਪ੍ਰੋਪਰ ਸੈਟਿੰਗ ਦੇ ਵਿੱਚ। ਆਖਿਰਲੇ ਸਵਾਲ 'ਤੇ ਆ ਜਾਂਦਾ, ਤੁਸੀਂ ਐਜ਼ ਏ ਜਿਮ ਟ੍ਰੇਨਰ ਹੋ, ਹਾਂਜੀ, ਲੀਟ ਵੀ ਰਹੇ ਹੋਵੋਗੇ, ਹਾਂਜੀ, ਕੀ ਸਰਕਾਰਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਹਾਂਜੀ, ਇਹਨਾਂ ਨੂੰ ਲੈ ਕੇ ਕੀ ਅਪੀਲ ਹੈ, ਕੀ ਕਹਿਣਾ? ਸਰਕਾਰਾਂ ਨੂੰ ਇਹੀ ਚਾਹੀਦਾ ਜੀ, ਸਪੋਰਟਸਮੈਨ ਜਿੰਨੇ ਵੀ ਹੈਗੇ ਨੇ ਉਹਨਾਂ ਦੀ ਹੈਲਪ ਕਰੋ, ਜਿਹੜਾ ਕੈਪੇਬਲ ਹੈਗਾ ਜੋਬ ਲਈ ਉਹਦੀ ਸਟੱਡੀ ਦੇ ਹਿਸਾਬ ਨਾਲ, ਉਹਦੀ ਅਚੀਵਮੈਂਟ ਦੇ ਹਿਸਾਬ ਨਾਲ ਉਹਨੂੰ ਜੋਬ ਮਿਲੇ, ਅਤੇ ਨਸ਼ਾ ਤਾਂ ਬਹੁਤ ਛੋਟੀ ਗੱਲ ਹੈ, ਹਰ ਬੰਦਾ ਫਿਟਨੈਸ ਵੱਲ ਹੀ ਆ ਜਾਵੇ ਐਟੋਮੈਟਿਕਲੀ ਨਸ਼ਾ ਛੱਡਿਆ ਜਾਣਾ, ਐਟੋਮੈਟਿਕਲੀ ਆਪਣਾ ਪੰਜਾਬ ਸੇਵ ਹੈ, ਆਪਾਂ ਕਹੀ ਜਾਂਦੇ ਹਾਂ ਪੰਜਾਬ ਖਰਾਬ ਹੋ ਗਿਆ, ਹਰ ਬੰਦਾ ਫਿਟਨੈਸ ਵੱਲ ਹੀ ਹੋਵੇ ਤਾਂ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਹੈ ਜੀ। ਸੋ ਗੱਲਾਂ ਬਹੁਤ ਜ਼ਿਆਦਾ ਆ, ਟਰਾਈ ਕਰਾਂਗੇ ਇੱਕ ਵਾਰ ਹੋਰ ਤੋਂ ਐਵੇਂ ਇੱਥੇ ਹੀ ਆ ਕੇ ਗੱਲਾਂ ਕਰੀਏ, ਪਰ ਇਸ ਸਭ ਦੇ ਵਿੱਚ ਇੱਕ ਅਪੀਲ ਵਾ, ਮੈਂ ਨਰਿੰਦਰ ਸਿੰਘ ਕਲੇਰ, ਮੈਂ ਆਪਣੇ ਮੀਡੀਆ ਸੱਜਣਾਂ ਨੂੰ ਵੀ ਅਪੀਲ ਕਰਦਾ ਕਿ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਹਰੇਕ ਖਬਰ ਜ਼ਰੂਰੀ ਹੁੰਦੀ ਆ, ਕੋਈ ਸ਼ੱਕ ਨਹੀਂ ਹੈ ਕਿ ਲੋਕ ਸਭਾ ਚੋਣਾਂ ਲੰਘੀਆਂ, ਹੁਣ ਬਾਈ ਇਲੈਕਸ਼ਨ ਆਉਣਗੀਆਂ, ਨਗਰ ਨਿਗਮ ਦੀਆਂ ਆਉਣਗੀਆਂ, ਫਿਰ ਵਿਧਾਨ ਸਭਾ ਆ ਜਾਣੀਆਂ, ਅਸੀਂ ਫਿਰ ਨੇਤਾਵਾਂ ਦੇ ਨਾਲ ਗੱਲਾਂ ਬਾਤਾਂ ਇੰਟਰਵਿਊਜ਼ ਬਾਈਟਸ ਕਰਨੀਆਂ, ਪਰ ਅਸੀਂ ਉਸ ਦੌੜ 'ਚੋਂ ਉਸ ਔਰਤ ਤੋਂ ਹਲਕਾ ਜਿਹਾ ਬਾਹਰ ਆਈਏ ਅਤੇ ਪਿੰਡਾਂ ਦੇ ਵਿੱਚ ਵੜੀਏ, ਪਿੰਡਾਂ ਦੇ ਵਿੱਚ ਅਜਿਹੀਆਂ ਸ਼ਾਮਾਂ ਦੇ ਵਿੱਚ ਖੜ੍ਹ ਕੇ ਇੰਟਰਵਿਊਜ਼ ਕਰੀਏ, ਅਤੇ ਨਾਲ ਆਪਣੇ ਪਿੰਡ ਦੀ ਜਿਹੜੀ ਬਚਪਨ ਅਤੇ ਜਵਾਨੀ ਆ ਉਹਨੂੰ ਹੋਰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਜੋ ਇਹ ਪਿੰਡ ਤੋਂ ਹੀ ਨੁਹਾਰ ਬਦਲੇ ਅਤੇ ਇਹੀ ਪਿੰਡ ਸੋਨੇ ਦੀ ਚਿੜੀ ਬਣ ਜਾਵੇ। ਬਹੁਤ ਬਹੁਤ ਧੰਨਵਾਦ।